ਤਾਂ ਵੀ ਆਹ ਬੂਟੇ ਦੇ ਬਹੁਤੇ ਅਮਰੂਦ ਮਿੱਠੇ ਆ ਹਨਾ ਭਾਜੀ ਬੜੇ ਅਮਰੂਦ ਖਾਦੇ ਉਹਦੇ ਜਦੋਂ ਦੇ ਇੱਥੇ ਵੀਡੀਓ ਬਣਾਉਂਦੇ ਸਹੀ ਗੱਲ ਆ ਸਿਆਲ ਚ ਵੀ ਗਰਮੀਆਂ ਚ ਵੀ ਇਹਨਾਂ ਬੂਟਿਆਂ ਤੋਂ ਕਦੀ ਖਤਮ ਨਹੀਂ ਹੁੰਦੇ ਕਦੀ ਅਮਰੂਦ ਸਹੀ ਗੱਲ ਆ ਜਿਹੜਾ ਵੀ ਮੈਂਬਰ ਹੁੰਦਾ ਟੀਮ ਦਾ ਪਹਿਲਾਂ ਪਹੁੰਚ ਜਾਂਦਾ ਪਹਿਲਾਂ ਅਮਰੂਦ ਵਾ ਪਹੁੰਚੇ ਹੁੰਦੇ ਇਹੋ ਹੀ ਆ ਕਿ ਘਰ ਚ ਬੂਟਾ ਲੱਗਾ ਹੋਵੇ ਤਾਂ ਚੱਲ ਵਧੀਆ ਵਾ ਕਿਸੇ ਦੇ ਮੂੰਹ ਚੀਜ਼ ਪੈ ਜਾਂਦੀ ਆ ਹਲੇ ਘਰ ਲੰਗਰ ਨਾਲ ਲੇੜ ਕੇ ਆਏ ਪਹਿਲਾਂ ਅੰਦਰ ਸੈਂਡਵਿਚ ਇਧਰ ਆ ਕੇ ਅਮਰੂਦ ਤੇ ਫਿਰ ਕਹੀ ਰੋਟੀ ਆਉਂਦੇ ਮੇਰੇ ਵੀ ਨਹੀਂ ਹੁੰਦੇ ਨਹੀਂ ਨਹੀਂ ਅਮਰੂਦ ਐਸੀ ਚੀਜ਼ ਆ ਕਿ ਰੋਟੀ ਭਾਵੇਂ ਜਿੰਨੀ ਮਰਜ਼ੀ ਖਾਦੀ ਹੋਵੇ ਬੰਦਾ ਇੱਕ ਦੋ ਅਮਰੂਦ ਖਾਈ ਜਾਂਦਾ ਹਨਾ ਭਾਜੀ ਇਹਦੇ ਇਹ ਹਜਮ ਕਰਦਾ ਰੋਟੀ ਨੂੰ ਫਾਇਦੇ ਕਿੰਨੇ ਭਾਜੀ ਇਹਦੇ ਬਹੁਤ ਜ਼ਿਆਦਾ ਗਣਾਉ ਮੜੇ ਜੇ ਮੂਲੀਆਂ ਮਾਲੀਆਂ ਲੱਗੀਆਂ ਕਿੰਨੇ ਵਿਟਾਮਿਨ ਸੀ ਹੁੰਦੇ ਪਰੌਂਠੇ ਪਰਾਂਠੇ ਖਾ ਲੋ ਇਹਨੂੰ ਕਹਿੰਦਾ ਗਾਰਡਨ ਚੀਜ਼ਾਂ ਰੱਖੀਆਂ ਕਹਿੰਦਾ ਹਾਂ ਸਾਹਿਬ ਬੜੇ ਵਿਟਾਮਿਨ ਹੁੰਦੇ ਸੀ ਡੀ ਸਾਰੇ ਵਿਟਾਮਿਨ ਹੁੰਦੇ ਕਹਿੰਦਾ ਮੂਲੀਆਂ ਚ ਆਹੋ ਜਿੱਦਾਂ ਉਹ ਕਹੀ ਜਾਵੇ ਸੀ ਉਹ ਉਦੋਂ ਕਹੀ ਜਾਵੇ ਪਿੱਛੇ ਕਹਿੰਦਾ ਫੁੱਲਾਂ ਫਲਾਂ ਦੀ ਗੁਲਕੰਦ ਬਣਾਓ ਕੀ ਇੱਡੀ ਵਧੀਆ ਚੀਜ਼ ਬਣੀ ਆ ਹੈ ਗੋਭੀ ਗਾਭੀ ਦੇ ਪਕੌੜੇ ਬਣਾਓ ਹਾਂ ਸਾਹਿਬ ਬੜੇ ਚ ਹੁੰਦੇ ਵਿਟਾਮਿਨ ਕਹਿੰਦਾ ਸੀ ਡੀ ਪਤਾ ਨਹੀਂ ਸਾਰੇ ਮਿਲ ਗਿਆ ਉਹ ਲਾਸਟ ਹੋਏ ਸੀ ਉਹ ਕਹਿੰਦਾ ਬੈਂਗਣ ਲੱਗੇ ਸੀ ਕਹਿੰਦਾ ਇਹਨਾਂ ਬਾਰੇ ਕੀ ਵਿਚਾਰ ਆ ਕਹਿੰਦਾ ਸਾਹਿਬ ਉਹੀ ਜੋ ਤੁਹਾਡੀ ਇਹ ਕਹਿੰਦਾ ਨਹੀਂ ਦੱਸ ਇਹ ਕੀ ਮਤਲਬ ਕੀ ਆ ਕਹਿੰਦਾ ਸਾਹਿਬ ਨੌਕਰੀ ਮੈਂ ਤੁਹਾਡੇ ਥੱਲੇ ਕਰਨੀ ਬੈਂਗਣ ਥੱਲੇ ਨਹੀਂ ਕਰਨੀ ਠੀਕ ਹੈ ਐਵੇਂ ਕੋਈ ਗਲਤ ਪੁੱਛ ਨਹੀਂ ਹੁੰਦਾ ਦੂਸਰੀ ਗੱਲ ਜੇ ਫੌਜ ਦੇ ਹਿਸਾਬ ਨਾਲ ਬੰਦੇ ਚੱਲਣ ਨਾ ਤੇ ਕਦੀ ਘਰ ਚ ਲੜਾਈ ਨਾ ਹੋਵੇ ਤੇ ਕਦੀ ਘਰਵਾਲੀ ਦੇ ਨਾਲ ਝਗੜਾ ਨਾ ਹੋਵੇ ਜੇ ਘਰਵਾਲੀ ਓਨੀ ਰਿਸਪੈਕਟ ਕਰੇ ਜਿੱਦਾਂ ਫੌਜੀ ਫੌਜੀ ਦੀ ਕਰਦਾ ਬਿਲਕੁਲ ਮਤਲਬ ਡਿਸਪਲਿਨ ਯਾਰ ਡਿਸਪਲਿਨ ਇੰਨੀ ਵਧੀਆ ਚੀਜ਼ ਆ ਦਵਿੰਦਰ ਇੱਕ ਵਾਰ ਆਈ ਕੜੀ ਬਣਾਈ ਚੌਲ ਬਣਾਏ ਸਾਰੇ ਬਹਿ ਕੇ ਖਾਣ ਦੇ ਸੁੰਡੀ ਤਰਕੇ ਆ ਗਈ ਉਹਦੀ ਥਾਲੀ ਚ ਕਾਲਾ ਜਿਹਾ ਮੂੰਹ ਹੁੰਦਾ ਦਵਿੰਦਰ ਡਰਦੀ ਖਾ ਗਈ ਵਿਚਾਰੀ ਕਰਦੀ ਉਹ ਸੁੰਡੀ ਥੋੜੀ ਨਹੀਂ ਮੇਰੀ ਗੱਲ ਸੁਣੋ ਅਮਰੂਦ ਚ ਇੰਨੇ ਪ੍ਰੋਟੀਨ ਹੁੰਦੇ ਆ ਜੇ ਵਿੱਚ ਸੁੰਡੀ ਹੋਵੇ ਤਾਂ ਸਮਝ ਲਓ ਦੁਗਣੇ ਆ ਪ੍ਰੋਟੀਨ ਪ੍ਰੋਟੀਨ ਭਰਪੂਰ ਹੋ ਜਾਂਦਾ ਵਾ ਆਹ ਅਮਰੂਦ ਦੀ ਹੁੰਦੀ ਆ ਬਾਹਰੋਂ ਥੋੜੀ ਜਾਂਦੀ ਵਿੱਚ ਦੇਖੋ ਆਪਾਂ ਮੁਰਗਾ ਖਾਂਦੇ ਆ ਮੁਰਗਾ ਕਿੰਨਾ ਗੰਦ ਮੰਦ ਖਾਂਦਾ ਹਨਾ ਤੇ ਆ ਸੁੰਡੀ ਤੇ ਵਿਚਾਰੀ ਇਹਨੂੰ ਹੀ ਖਾਣ ਦੀ ਇਹਦੇ ਵਿੱਚ ਹੀ ਪੈਦਾ ਹੋਈ ਤੇ ਕਿੰਨੀ ਵਧੀਆ ਚੀਜ਼ ਹੋਊਗੀ ਬਿਲਕੁਲ ਬਹੁਤ ਵਧੀਆ ਗਦਰ ਜੇ
ਸਾਡੇ ਪਿੰਡ ਇੱਕ ਬੰਦਾ ਹੈ ਉਹਦਾ ਨਾਮ ਗੱਦੜ ਆ ਘੁੰਮਣ ਡੇ ਸੀ ਦਾਦੇ ਗੁਰਦੁਆਰੇ ਨੂੰ ਜਾਣ ਡੇ ਤੇ ਇੱਕ ਲਾਲਾ ਰੋਟੀ ਖਾਣ ਡਿਆ ਉਹਦੇ ਵਿਚਾਰੇ ਦੇ ਦੰਦ ਹੋਣੇ ਨੀ ਆ ਪਿਛਲੇ ਉਹ ਜੋਗਾ ਸਿੰਘ ਜੋਗੀ ਵਾਲੀ ਗੱਲ ਹੋ ਗਈ ਕਹਿੰਦਾ ਬੁੱਢਾ ਬੰਦਾ ਤੇ ਵਿਚਾਰਾ ਰੋਟੀ ਖਾਂਦਾ ਮੈਂ ਲੱਗਦਾ ਬੀ ਬੌਸਰੀ ਵਜਾਉਣ ਡਿਆ ਹੁੰਦਾ ਸਹੀ ਗੱਲ ਆ ਸਾਰਿਆਂ ਦੀਆਂ ਵੱਜਣੀਆਂ ਬੌਂਸਰੀਆਂ ਬੁੱਢੇ ਵਾਲੇ ਹਰ ਬੰਦੇ ਨੂੰ ਲੱਗਦਾ ਵੀ ਮੈਂ ਕਦੀ ਬੁੱਢਾ ਨਹੀਂ ਹੋਣਾ ਮੈਨੂੰ ਲੱਗਦਾ ਸੀ ਆਂਟੀ ਹੁਣ ਡੀਕ ਦਾ ਡੀਕ ਮਰੂਦ ਵੇਲਾ ਕਰਦੇ ਆਂਟੀ ਹੁਣ ਘਰ ਨਹੀਂ ਹੈਗੇ ਨਹੀਂ ਨਹੀਂ ਤੇ ਲੋਟਪਟ ਬੂਟੇ ਵਾਲੇ ਵੇਖਣ ਦਾ ਵੀ ਇਹ ਮਰੂਦ ਐਸੇ ਆ ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਰੋਜ਼ ਦੇ ਰੋਜ਼ ਪੱਕਦੇ ਆ ਸਾਰੇ ਇੰਜ ਕਰੋ ਅਮਰੂਦ ਤੋੜਨੇ ਮੈਂ ਤੁਹਾਡੀ ਫੋਟੋ ਖਿੱਚਦਾ ਕੱਲ ਨੂੰ ਨੈਟ ਤੇ ਪਾਉਂਗਾ ਹਾਂਜੀ ਆਹੋ ਤੇ ਹੋਰ ਕੀ ਬਿਲਕੁਲ